ਘੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਦੇ ਕਾਰਨ ਪਾੜ ਪੈ ਗਿਆ ਹੈ ਤੇ ਇਸ ਦੇ ਨਾਲ ਨੈਸ਼ਨਲ ਹਾਈਵੇ 52 ਦਾ ਪੁਲ ਵੀ ਟੁੱਟ ਗਿਆ ਹੈ ਤੇ ਦੋਵੇਂ ਤਰਫਾਂ ਤੋਂ ਪੁਲਿਸ ਵੱਲੋਂ ਟ੍ਰੈਫਿਕ ਜਾਮ ਕਰ ਦਿੱਤਾ ਗਿਆ ਹੈ ਤੇ ਸੰਗਰੂਰ ਦੇ ਮੂਣਕ ਇਲਾਕੇ ਦੇ ਵਿੱਚ ਅਜੇ ਤੱਕ 94,000 ਲੋਕ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਰੈਸਕਿਊ ਕਰਨ ਦੇ ਵਿੱਚ NDRF ਦੀਆਂ ਟੀਮਾਂ ਤੇ ਆਰਮੀ ਵੀ ਤਾਇਨਾਤ ਕੀਤੀ ਗਈ ਹੈ ਤੇ ਹਨੌਰੀ ਦੇ ਵਿੱਚ ਪੰਜਾਬ ਨੂੰ ਹਰਿਆਣਾ ਦੇ ਰਸਤੇ ਦਿੱਲੀ ਨੂੰ ਜੋੜਨ ਵਾਲਾ ਨੈਸ਼ਨਲ ਹਾਈਵੇ ਨੰਬਰ 52 ਪਾਣੀ ਦੇ ਵਿੱਚ ਬਹਿ ਗਿਆ ਹੈ ਤੇ ਇਸ ਦੇ ਕਰਕੇ ਪੰਜਾਬ ਦਾ ਹਰਿਆਣਾ ਦੇ ਨਾਲ ਨੈਸ਼ਨਲ ਹਾਈਵੇ ਦੇ ਰਸਤੇ ਸੰਪਰਕ ਟੁੱਟ ਗਿਆ ਹੈ। ਮੂਣਕ ਦੇ ਵਿੱਚ ਇਸ ਵੇਲੇ ਘੱਟੋ ਘੱਟ ਜਿਹੜਾ ਹੈਗਾ ਲਗਭਗ 20 ਪਿੰਡਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਪਹੁੰਚਿਆ ਹੋਇਆ ਹੈ। ਸ਼ਹਿਰ ਹਜੇ ਤੱਕ ਜਿਹੜਾ ਹੈਗਾ ਸੇਫ ਹੈ ਅਤੇ ਜਿਸ ਤਰ੍ਹਾਂ ਪਾਣੀ ਰਿਸੀਡ ਕਰਨਾ ਹੁਣ ਸ਼ੁਰੂ ਹੋ ਚੁੱਕਿਆ ਹੈ ਉਹ ਪੋਜ਼ਿਟਿਵ ਸਾਈਨ ਹੈ ਅਤੇ ਲੱਗਦਾ ਨਹੀਂ ਹੈ ਕਿ ਸ਼ਹਿਰ ਦੇ ਵਿੱਚ ਪਾਣੀ ਵੜੂਗਾ। ਫਿਰ ਵੀ ਸਾਡੇ ਜਿਹੜੇ ਪ੍ਰਬੰਧ ਨੇ ਪੂਰੇ ਨੇ। ਜਿਹੜਾ ਪਿੰਡਾਂ ਦਾ ਪਾਣੀ ਹੈ ਉਹ ਕੱਲ੍ਹ ਨਾਲੋਂ ਅੱਜ ਜਿਹੜੀ ਰਿਪੋਰਟ ਆਈ ਹੈ ਉਹ ਕਾਫੀ ਘੱਟ ਹੈ। ਪਿੱਛੋਂ ਹਰਿਆਣੇ ਦੇ ਵਿੱਚ ਵੀ ਜਿਹੜੇ ਲੈਵਲ ਨੇ ਉੱਥੇ ਡਿਪਟੀ ਕਮਿਸ਼ਨਰਸ ਨਾਲ ਹੀ ਮੇਰੀ ਗੱਲ ਹੋਈ ਹੈ, ਟਾਈ ਅਪ ਮੇਰਾ ਚੱਲ ਰਿਹਾ ਹੈ, ਉੱਥੇ ਜਿਹੜਾ ਪਾਣੀ ਦਾ ਸਤਰ ਘਟਿਆ ਅਤੇ ਅਸੀਂ ਹੋਪਫੁਲ ਹੈਗੇ ਕਿ ਅਗਲੇ ਅੱਜ ਸ਼ਾਮ ਤੱਕ ਅਤੇ ਜਾਂ ਕੱਲ੍ਹ ਸ਼ਾਮ ਤੱਕ ਜਿਹੜਾ ਹੈਗਾ ਪਾਣੀ ਦਾ ਲੈਵਲ ਕਾਫੀ ਘੱਟ ਹੋ ਜੂਗਾ। ਇਸ ਬਾਬਤ ਅਸੀਂ ਅੱਜ ਇੱਕ ਸਾਰੇ ਮਹਿਕਮੇ ਨਾਲ ਮੀਟਿੰਗ ਕੀਤੀ ਸੀ ਕਿ ਬਿਕੋਜ਼ ਜਦੋਂ ਪਾਣੀ ਰਿਸੀਡ ਹੋਣਾ ਸ਼ੁਰੂ ਹੋਊਗਾ ਫਿਰ ਜਿਹੜੇ ਹੈਗੇ ਵਾਟਰ ਬੋਰਨ ਡਿਜ਼ੀਜ਼ ਜਾਂ ਫਿਰ ਕੋਈ ਐਨੀਮਲ ਦੀ ਕੋਈ ਡੈਥ ਹੋਈ ਜਾਂ ਕੋਈ ਪਸ਼ੂ ਦੀ ਡੈਥ ਹੋਈ ਹੈ, ਪੰਛੀ ਦੀ ਡੈਥ ਹੋਈ ਹੈ, ਇਸ ਤਰ੍ਹਾਂ ਦੇ ਜਿਹੜੇ ਨੇ ਅਤੇ ਵੈਕਟਰ ਬੋਰਨ ਡਿਜ਼ੀਜ਼ ਅਤੇ ਇਸ ਤਰ੍ਹਾਂ ਦੇ ਉਹ ਹਾਦਸੇ ਨਹੀਂ ਹੋਣੇ ਚਾਹੀਦੇ, ਇਸ ਬਾਬਤ ਅੱਜ ਅਸੀਂ ਐਡਵਾਂਸ ਮੀਟਿੰਗ ਲਿੱਤੀ ਹੈਗੀ। ਉਹ ਪੂਰੀ ਪਲੈਨਿੰਗ ਕੀਤੀ ਹੈ ਜਿੱਥੇ ਕੋਈ ਡੈਮੇਜ ਏਰੀਆ ਹੈਗਾ ਪਿੰਡਾਂ ਦੇ ਵਿੱਚ ਜੋ ਲਗਭਗ ਸਾਨੂੰ ਜਿਹੜਾ ਹੈਗਾ ਲੱਗਦਾ ਹੈ ਕਿ ਜਿੱਥੇ ਕ੍ਰੋਪ ਡੈਮੇਜ ਹੋ ਸਕਦਾ ਹੈ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਪਨੀਰ ਦੀ ਤਿਆਰ ਕਰਨ ਦੇ ਵੀ ਇੰਸਟਰਕਸ਼ਨ ਦਿੱਤੇ ਹੈਗੇ ਜਿਸ ਕਰਕੇ ਕਿਸਾਨਾਂ ਨੂੰ ਵੀ ਕੋਈ ਇਸ਼ੂ ਨਾ ਹੋਵੇ ਅਤੇ ਜਿਨ੍ਹਾਂ ਦਾ ਜੋ ਖਰਾਬਾ ਜਿੰਨਾ ਵੀ ਹੋਊਗਾ ਉਹ ਵੀ ਅਸੀਂ ਟੀਮ ਗਠਿਤ ਕੀਤੀ ਹੈਗੀ ਅੱਜ, ਇਹ ਵੀ ਸਾਰਾ ਕੀਤਾ ਹੈ। ਪਲੱਸ SSP ਸਾਹਿਬ ਨਾਲ ਅੱਜ ਅਸੀਂ ਜਿਹੜੀ ਮੀਟਿੰਗ ਦੇ ਵਿੱਚ ਹੀ ਇੱਕ ਸੁਝਾਅ ਆਇਆ ਹੈਗਾ ਜਿਸ ਤਰ੍ਹਾਂ ਸਾਨੂੰ ਟ੍ਰੈਫਿਕ ਵੀ ਰੈਗੂਲੇਟ ਕਰਨਾ ਅਤੇ ਲੋਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਮੇਨਟੇਨ ਕਰਨਾ ਉਹਦੇ ਬਾਬਤ ਅਸੀਂ ਐਡਵਾਂਸ ਮੀਟਿੰਗ ਲਿੱਤੀ ਹੈਗੀ ਜਿਸ ਕਰਕੇ ਸਾਡੇ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਕੋਈ ਕਮੀ ਨਾ ਆਵੇ। ਉੱਥੇ ਹੀ UP ਦੇ ਸਹਾਰਨਪੁਰ ਤੋਂ ਸਬਜ਼ੀ ਅਤੇ ਫਲ ਲੈ ਕੇ ਪੰਜਾਬ ਦੇ ਬਠਿੰਡਾ ਜਾ ਰਹੇ ਇੱਕ ਟਰੱਕ ਡਰਾਈਵਰ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਉਸਦਾ ਟਰੱਕ 72 ਘੰਟਿਆਂ ਤੋਂ ਫਸਿਆ ਹੋਇਆ ਸੀ ਜਿਸ ਨੂੰ ਅੱਜ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉੱਥੇ ਹੀ ਟਰੱਕ ਹਾਦਸਾਗ੍ਰਸਤ ਵੀ ਹੋਏ ਨੇ ਕਿਉਂਕਿ ਤੇਜ਼ ਪਾਣੀ ਦੇ ਬਹਾਅ ਦੇ ਚਲਦੇ ਉਹ ਰੋਡ ਤੋਂ ਹੇਠਾਂ ਉਤਰ ਗਏ ਤੇ ਸਬਜ਼ੀ ਅਤੇ ਫਲਾਂ ਨਾਲ ਭਰੇ ਹੋਏ ਟਰੱਕ ਦੇ ਮੁਤਾਬਿਕ ਇੱਥੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕਾਫੀ ਸਹਾਰਾ ਦਿੱਤਾ ਹੈ। ਹਮੇ ਯਹਾਂ 3 ਦਿਨ ਹੋ ਗਏ ਸਾਹਿਬ ਫਸੇ ਹੋਏ, ਗਾੜੀ ਮੈਂ ਆਮ ਲੋਡ ਥਾ, ਹਮ ਸਹਾਰਨਪੁਰ ਸੇ ਚਲੇ ਬਠਿੰਡਾ ਕੇ ਲੀਏ, ਉਸ ਟਾਈਮ ਪਾਣੀ ਜੋ ਹੈ ਕਮ ਥਾ, ਗਾੜੀ ਅੰਦਰ ਜਾੜੀ ਬਾੜੀ ਪਾਣੀ ਨੇ ਗਾੜੀ ਇਧਰ ਧਕੇਲ ਦਿਆ ਥੋੜ੍ਹਾ ਸਾ, ਉਸ ਕਾਰਨ ਗਾੜੀ ਰੁਕ ਗਿਆ, ਕਰੰਟ ਕੀ ਗਾੜੀ ਤੀ, ਆਗੇ ਸਟਾਰਟ ਨਹੀਂ ਹੋਇਆ ਗਾੜੀ, ਯਹਾਂ ਇਸ ਲਈ 3 ਦਿਨ ਖੜਾ ਹੋ ਗਿਆ ਹਮੇ। ਅਭੀ ਇਸ ਕੋ ਨਿਕਾਲਨੇ ਕੇ ਲੀਏ ਕੋਈ ਆਦਮੀ ਨਹੀਂ ਆਇਆ ਵਿਚਾਰਾ, ਯਹਾਂ ਨਾ ਕੋਈ ਪਾਣੀ ਜ਼ਿਆਦਾ ਥਾ, ਅਬ ਪਾਣੀ ਕਮ ਹੋਇਆ, ਅਬ ਨਿਕਾਲਨੇ ਕੀ ਪ੍ਰਯਾਸ ਮੈਂ ਹੈ ਗਾੜੀ ਕਾ, ਆਮ ਇਸਕਾ ਲਗਭਗ ਸੀ ਖਰਾਬ ਹੀ ਹੋ ਗਿਆ, ਇਸਮੇਂ ਥਾ 120 ਕੁਇੰਟਲ ਕੇ ਕਰੀਬ ਮਾਲ, ਬਠਿੰਡਾ ਕਹੀਂ ਵੀ ਨਹੀਂ, ਹਮ ਵੀਰਾਨ ਥੇ, ਅਸੀਂ ਟਾਈਮ ਪਾਸ ਕੀਆ ਯਹਾਂ ਪੇ, ਯਹਾਂ ਲੋਕ ਜੋ ਹੈ ਖਾਣਾ ਖੁਣਾ ਦੇ ਦੇਤੇ ਥੇ ਇਧਰ, ਖਾਣੇ ਕਾ ਵਿਚਾਰੋ ਨੇ ਇਨ ਲੋਗੋ ਨੇ ਜੋ ਹੋ ਸਕਾ ਉਹ ਕੀਆ, ਬਾਕੀ ਇਹ ਵੀ ਲੋਕ ਪਰੇਸ਼ਾਨ ਹੈ ਵਿਚਾਰੇ, ਏਕ ਏਕ ਕੀ ਮਦਦ ਕਰ ਰਹੇ, ਜਿਤਨਾ ਇਨ ਪੇ ਹੋ ਸਕਾ ਇਨ ਲੋਗੋ ਨੇ ਕੀਆ ਹਮਾਰਾ। ਜਗਬਾਣੀ TV ਲਈ ਅਨਿਲ ਜੈਨ ਦੀ ਰਿਪੋਰਟ।